ਇੱਕ ਬੱਚਾ ਹੈ 18 ਸਾਲ ਦਾ, ਠੀਕ ਹੈ ਜੀ, ਉਹ ਸ਼ਰਾਬ ਪੀਣੀ ਚਾਹੁੰਦਾ ਬਿਕੋਜ਼ ਉਹਦੇ ਆਲੇ ਦੁਆਲੇ ਸਾਰੇ ਪੀਂਦੇ ਨੇ, ਬੀਅਰ ਪੀਣੀ ਚਾਹੁੰਦਾ, ਤੁਸੀਂ ਕਿਹਾ ਨਹੀਂ ਪੀਣੀ, ਪੀਊਗਾ ਜ਼ਰੂਰ ਭਾਵੇਂ ਬਾਹਰ ਜਾ ਕੇ ਪੀਊਗਾ, ਬਾਹਰ ਜਾ ਕੇ ਬਾਹਰ ਆ ਕੇ ਨਾਲ ਚੀਜ਼ਾਂ ਹੋਰ ਵੀ ਕਰੂਗਾ, ਠੀਕ ਹੈ, ਘਰੇ ਪਿਲਾ ਲਓ, ਤੁਸੀਂ ਫਾਦਰ ਸਾਹਿਬ ਹੋ ਉਸ ਬੱਚੇ ਦੇ, ਤੁਸੀਂ ਆਪ ਪੀਂਦੇ ਰਹੇ ਹੋ, ਦੋਸਤ ਬੁਲਾਉਂਦੇ ਹੋ, ਘਰੇ ਪਾਰਟੀ ਹੁੰਦੀ, ਤੁਸੀਂ ਪੀਂਦੇ ਹੋ, ਅਤੇ ਬੱਚੇ ਨੂੰ ਤੁਸੀਂ ਕਹਿੰਦੇ ਨਹੀਂ ਪੀਣੀ, ਤਾਂ ਬੈਸਟ ਚੀਜ਼ ਤਾਂ ਇਹੀ ਹੈ ਨਾ, ਮੁੰਡੇ ਨਾਲ ਪੀ ਲਓ, ਨਾਲੇ ਪੀ ਕੇ ਉਹ ਆਪਣੇ ਦੋ ਚਾਰ ਭੇਦ ਖੋਲੂਗਾ, ਤੁਸੀਂ ਸੋ ਦੈਟ ਤੁਸੀਂ ਉਹਦਾ ਸਲਿਊਸ਼ਨ ਵੀ ਕਰ ਸਕੋ। ਹਾਂ ਗੱਲ ਤਾਂ ਇਹ ਵੀ ਉਹਦੇ ਲੈਵਲ ਤੇ ਉਹਦੇ ਨੇੜੇ ਆ ਜਾਓਗੇ ਤੁਸੀਂ, ਕਿੰਨਾ ਔਖਾ ਹੈ, ਕੋਈ ਔਖਾ ਨਹੀਂ ਹੈਗਾ। ਹਾਂ, ਰਾਦਰ ਦੈਨ ਕਿ ਸਿਰਫ ਉਹਨੂੰ ਕਿਤੇ ਕਿਤਾ ਹੀ ਬੁਲਾਉਣਾ ਅਤੇ ਉਹਨੂੰ ਚੀਜ਼ਾਂ ਲੈ ਕੇ ਦੇਣੀਆਂ, ਆਪਾਂ ਆਪਣੇ ਜਿਹੜੇ ਲੋਕ ਆ ਉਹ ਚੀਜ਼ਾਂ ਦਾ ਨਿਆਣਿਆਂ ਨੂੰ ਜ਼ਿਆਦਾ ਲੈ ਕੇ ਦਿੰਦੇ ਨੇ। ਸਮਝ ਜੀ, ਆਪਣੇ ਐਂ ਹੁੰਦਾ ਗਾ ਬਈ ਉਹ ਵੀ ਪੀਂਦਾ ਹੁੰਦਾ, ਉਹ ਵੀ ਪੀਂਦਾ ਹੁੰਦਾ, ਪਰ ਇੱਕ ਜਿਹੜੀ ਵਿਚਾਲੇ ਉਹ ਹੁੰਦੀ ਹੈ ਨਾ ਕਿ ਸ਼ਰਮ ਜਿਹੀ ਰੱਖੀ ਹੁੰਦੀ ਹੈ, ਡਰਾਮਾ ਆ, ਪਤਾ ਉਹਨਾਂ ਨੂੰ ਵੀ ਹੁੰਦਾ, ਪਤਾ ਉਹਨਾਂ ਨੂੰ ਵੀ ਹੁੰਦਾ, ਪਰ ਇੱਕ ਦੂਜੇ ਸਾਹਮਣੇ ਨਹੀਂ ਪੀਣੀ। ਮੈਨੂੰ ਚੇਤੇ ਆ ਗਿਆ ਨਾ, ਇੱਕ ਵੈਡਿੰਗ 'ਤੇ ਸਾਡਾ ਦੋਸਤ ਆ, ਅਤੇ ਅਸੀਂ ਹੈ ਨਾ ਇੱਦਾਂ ਇਕੱਠੇ ਲਾਉਣ ਲੱਗੇ, ਸ਼ਾਰਟ ਲਾਉਣ ਲੱਗੇ ਦੋਸਤ ਦੇ ਵਿਆਹ 'ਤੇ, ਅਤੇ ਉਹਦੇ ਡੈਡੀ ਵੀ ਪੀਂਦਾ ਸੀਗਾ, ਉਹਦੇ ਡੈਡੀ ਨੂੰ ਵੀ ਬੁਲਾ ਲਿਆ ਵੀ ਤੁਸੀਂ ਵੀ ਲਾਓ ਸ਼ਾਰਟ, ਹੈ ਨਾ, ਅਤੇ ਅੰਕਲ ਨੇ ਵੀ, ਅਤੇ ਉਹਨੇ ਬਾਅਦ ਵਿੱਚ ਮੈਨੂੰ ਕਹਿੰਦਾ ਮੈਂ ਡੈਡੀ ਨਾਲ ਪਹਿਲੀ ਵਾਰੀ ਕਹਿੰਦਾ ਵੀ ਕੀਅਰਸ ਕੀਤੀ ਆ, ਅਤੇ ਨਾਲੇ ਦੋਨੇ ਉਹ ਡੈਡੀ ਵੀ ਉਹਦਾ ਕੋਈ ਉਹਦਾ ਬੜਾ ਨਾਈਸ ਆ ਡੈਡੀ ਵੀ, ਬਸ ਉਦੋਂ ਪਹਿਲੋਂ ਗੱਲ ਤਾਂ ਇਹੀ ਹੈ ਵੀ ਮੈਂ ਜਦੋਂ ਡੈਡੀ ਨਾਲ ਪਹਿਲੀ ਵਾਰੀ ਪੀਤੀ, ਮਜ਼ਾ ਬਾਕੀ ਮੁੰਡਿਆਂ ਨਾਲੋਂ ਜ਼ਿਆਦਾ ਆਪਣੇ ਫਾਦਰ ਸਾਹਿਬ ਨਾਲ, ਕਦੇ ਡਰਿੰਕ ਕਰਕੇ ਦੇਖਿਓ, ਉਹਦੇ ਵਰਗਾ ਸਵਾਦ ਕੋਈ ਨਹੀਂ। ਅਤੇ ਫਾਦਰ ਸਾਹਿਬ ਵੀ, ਜੇ ਤੁਸੀਂ ਫਾਦਰ ਵੀ ਆਪਣੇ ਮੁੰਡੇ ਨਾਲ ਕਦੇ ਡਰਿੰਕ ਕਰਕੇ ਦੇਖਿਓ, ਤੁਸੀਂ ਦੋਸਤਾਂ ਨਾਲ ਨਹੀਂ ਪੀਓਗੇ, ਮੁੰਡੇ ਨਾਲ ਨਹੀਂ, ਭਾਵੇਂ ਕੁੜੀ ਵੀ ਹੈ ਤੁਹਾਡੀ, ਪਹਿਲੀ ਗੱਲ ਤਾਂ ਜੇ ਡੋਟਰ ਵੀ ਤੁਹਾਡੀ ਡਰਿੰਕ ਕਰਨਾ ਚਾਹੁੰਦੀ ਹੈ, ਤਾਂ ਤੁਸੀਂ ਜੇ ਇਕੱਠੇ ਚਾਰ ਬੰਦੇ ਫੈਮਿਲੀ 'ਚ ਬਹਿ ਕੇ ਇੰਜੋਏ ਕਰ ਲਓ ਨਾ, ਤੁਹਾਨੂੰ ਪਾਰਟੀ ਦੀ ਲੋੜ ਨਹੀਂ ਪਊਗੀ ਕਦੀ, ਅਤੇ ਉਹ ਬਹੁਤ ਵਧੀਆ ਚੀਜ਼ ਆ ਉਹ ਤੁਹਾਡੀ, ਤੁਹਾਨੂੰ ਕਿਉਂਕਿ ਫਿਰ ਹਰ ਬੰਦੇ ਨੂੰ ਇੱਕ ਇਮੋਸ਼ਨਲ ਸਪੋਰਟ ਚਾਹੀਦੀ ਹੈ, ਚਾਹੇ ਮੁੰਡਾ ਚਾਹੇ ਕੁੜੀ ਹੈ, 18 ਤੋਂ 20 ਸਾਲ ਉਹ ਜ਼ਿਆਦਾ ਚਾਹੀਦੀ ਹੈ ਨਾ, ਤੁਸੀਂ ਨਹੀਂ ਦੇ ਰਹੇ ਫਿਰ ਬਾਹਰੋਂ ਲੈ ਰਹੇ ਹੋ, ਫਿਰ ਤੁਹਾਨੂੰ ਉੱਤੋਂ ਪ੍ਰੋਬਲਮ ਹੈਗੀ ਹੈ, ਕਿਉਂਕਿ ਫਿਰ ਉਹ ਆਪਣੀ ਮਰਜ਼ੀ ਨਾਲ ਸਾਰਾ ਕੁਝ ਕਰਦਾ ਫਿਰ। ਹਾਂ, ਤਾਂ ਬੈਸਟ ਚੀਜ਼ ਹੁੰਦੀ ਹੈ, ਕਿਉਂਕਿ ਮੈਂ ਜਦੋਂ ਆਪਣੇ ਡੈਡੀ ਨਾਲ ਪੀਤੀ ਜਾਂ ਆਪਣੇ ਬ੍ਰਦਰ ਨਾਲ ਪੀਤੀ, ਮੰਮੀ ਬੈਠੇ, ਕਿਉਂਕਿ ਇੰਡੀਅਨ ਲੇਡੀਜ਼ ਬੁਰਾ ਲੱਗਦਾ, ਬਟ ਉਹ ਜਿਹੜਾ ਆਪਸ 'ਚ ਪੀਣ ਦਾ ਪੀ ਕੇ ਜੋ ਗੱਲਾਂ ਕੀਤੀਆਂ ਨਾ ਆਪਸ ਦੇ ਵਿੱਚ, ਉਹ ਫਿਰ ਤੁਹਾਡਾ ਬੋਟਮ ਲੈਵਲ ਸੇਮ ਇੱਕੋ ਲੈਵਲ 'ਤੇ ਆ ਕੇ ਗੱਲ ਕਰਦੇ ਸੀ, ਉਹਦਾ ਮਜ਼ਾ ਹੀ ਕੁਛ ਹੋਰ ਹੁੰਦਾ। ਚੁੱਪ ਚਾਪ ਸਬਸਕ੍ਰਾਈਬ ਕਰ ਲਉਂਗੇ ਤਾਂ ਠੀਕ ਹੈ, ਨਹੀਂ ਤਾਂ ਮੈਂ ਬੀਨ ਬਜਾ ਬਜਾ ਕੇ ਹਿਪਨੋਟਾਈਜ਼ ਕਰ ਲੈਣਾ, ਹਿਪਨੋਟਾਈਜ਼ ਕਰਕੇ ਫਿਰ ਮੈਂ ਸਬਸਕ੍ਰਾਈਬ ਵੀ ਕਰਵਾਊਂਗਾ, ਲਾਈਕ ਵੀ ਕਰਾਊਂਗਾ, ਕਮੈਂਟ ਵੀ ਕਰਵਾਊਂਗਾ, ਅਤੇ ਨਾਲੇ ਕਰਾਊਂਗਾ ਸ਼ੇਅਰ। ਜਲਦੀ ਨਹੀਂ ਰਹੀ ਤਾਂ ਇਹਦੀ